4,30,000 ਦਾ ਟਰੈਕਟਰ ਦੇ ਦਾਂਗੇ। 4,30,000 ਦਾ? ਹਾਂ, ਮਾਨਤਾਨ ਵੀ ਕਰ ਦੋਗੇ? ਮਾਨਤਾਨ ਤੇ ਵੀਡੀਓ ਦੇਖ ਕਿਹੜਾ ਆਊਗਾ, ਕਰ ਦਾਂਗੇ। ਆ ਕੇ ਚੈੱਕ ਕਰਕੇ ਬੰਦਾ ਫੇਰ ਲੈ ਕੇ ਜਾਵੇ, ਹਾਂ, ਤਸੱਲੀ ਕਰਕੇ ਲੈ ਕੇ ਜਾਵੇ। ਇਹਦਾ ਹੀ ਮੰਨ ਕੇ ਚੱਲਿਆ, ਹਿੱਸੇ ਚੋਂ ਗੇਅਰ ਚੋਂ ਭੋਰਾ ਆਵਾਜ਼ ਨਹੀਂ ਟਰੈਕਟਰ ਦੀ। ਠੀਕ ਆ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ। ਸੋ ਦੋਸਤੋ, ਆਪਾਂ ਆਪਣੇ ਪਿੰਡ ਖੜ੍ਹੇ ਹਾਂ ਬਾਈ ਰਾਮਨਗਰ, ਬਾਈ ਗੀਤੇ ਕੋਲ ਆਏ ਹਾਂ ਆਪਾਂ ਘਰੇ, ਅਤੇ ਬਾਈ ਨੇ ਟਰੈਕਟਰਾਂ ਦਾ ਕੰਮ ਕੀਤਾ ਹੋਇਆ ਹੈਗਾ ਅਤੇ ਲੈਣ ਦੇਣ ਕਰਦੇ ਆ ਬਾਈ ਟਰੈਕਟਰ, ਅਤੇ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਆ ਕਿ ਬਾਈ ਸਾਨੂੰ ਕੋਈ ਟਰੈਕਟਰ ਦਵਾ ਦੇ, ਹੈ ਨਾ। ਅੱਜ ਆਪਾਂ ਤੁਹਾਡੇ ਲਈ 4 ਟਰੈਕਟਰ ਲੈ ਕੇ ਆਏ ਹਾਂ ਬਾਈ, ਨਿਊ ਹੋਲੈਂਡ ਨੇ, ਜਿਨ੍ਹਾਂ ਦੀ ਬਹੁਤ ਡਿਮਾਂਡ ਆ ਹੁਣ ਮਾਰਕੀਟ ਦੇ ਵਿੱਚ, ਅਤੇ ਆਪਾਂ ਸਾਰੀ ਡਿਟੇਲ ਲੈਂਦੇ ਹਾਂ ਬਾਈ ਤੋਂ ਵੀ ਕਿਹੜਾ ਕਿੰਨੇ ਮਾਡਲ ਆ ਅਤੇ ਕੀ ਡਿਮਾਂਡ ਰੱਖਦੇ ਆ ਬਾਈ। ਗੀਤੇ, ਕੀ ਹਾਲ ਆ ਬਾਈ? ਸਤਿ ਸ਼੍ਰੀ ਅਕਾਲ ਬਾਈ, ਹੋਰ ਠੀਕ ਹੋ? ਹਾਂ, ਵਧੀਆ, ਠੀਕ ਠਾਕ ਬਾਈ। ਮੰਡੀ ਮੁੰਡੀ ਦੇ ਫਿਰ ਜਾਂਦੇ ਰਹਿੰਦੇ ਹੋ? ਹਾਂ ਹਾਂ, ਜਾਂਦੇ ਹੁੰਦੇ ਹਾਂ ਬਾਈ, ਬੁੱਧਵਾਰ ਤਲਵੰਡੀ ਸਾਬੋ, ਤਲਵੰਡੀ ਸਾਬੋ ਆਪਣੇ, ਹੈ ਨਾ। ਠੀਕ ਆ, ਲੈ ਬਾਈ ਗੀਤੇ ਆਪਾਂ ਸ਼ੁਰੂ ਕਰ ਲਈਏ, ਹੈ ਨਾ, 1 ਨੰਬਰ ਤੋਂ। ਕੀ ਡਿਟੇਲ ਆ ਬਾਈ ਇਸ ਟਰੈਕਟਰ ਦੀ? 2011 ਮਾਡਲ ਟਰੈਕਟਰ। ਠੀਕ ਆ ਬਾਈ, ਪਲੱਸ ਆ, 3 ਸਪੀਡ ਆ, 3 ਸਪੀਡ ਪਲੱਸ ਆ, ਪਲੱਸ ਆ। ਠੀਕ ਆ, ਟਾਇਰ 4 ਇੰਚ ਜਮਾਂ ਨਵੇਂ ਆ, ਟਾਇਰ ਦੇਖ ਲਓ ਦੋਸਤੋ ਤੁਸੀਂ, ਇਹ ਆਪਾਂ ਬਿੱਲ ਵੀ ਦੇ ਦਾਂਗੇ ਟਾਇਰਾਂ ਦਾ। ਅੱਛਾ, ਹਾਂ, ਠੀਕ ਹੈ, 4 ਟਾਇਰ ਬਾਈ ਬਿਲਕੁਲ ਨਵੇਂ ਆ, ਠੀਕ ਆ, 3 ਸਪੀਡ, ਤੇ ਆ ਤੁਸੀਂ ਚੈੱਕ ਕਰ ਲਓ ਟਰੈਕਟਰ, ਸਾਰਾ ਟਰੈਕਟਰ ਆ ਲਓ, ਤੇ ਕਾਪੀ ਕੂਪੀ ਬਾਈ ਨੰਬਰ ਨੂੰ ਸਾਰੇ ਕਾਗਜ਼ ਪੱਤਰਾਂ ਦਾ, ਓਕੇ ਹੂ ਟਰੈਕਟਰ ਹਰਿਆਣਾ ਨੰਬਰ ਆ, NOC ਮਿਲ ਜੂਗੀ, NOC ਮਿਲ ਜੂਗੀ। ਉਹ ਵੀ ਤੁਹਾਨੂੰ ਬੈਕ ਤੋਂ ਦਿਖਾ ਦਈਏ ਟਰੈਕਟਰ, ਹੈ ਨਾ, ਬਹੁਤ ਸਾਫ ਟਰੈਕਟਰ ਦਾ, ਆ ਟਾਇਰ ਤਾਂ ਬਿਲਕੁਲ ਹੀ ਨਵੇਂ ਆ, ਹੈ ਨਾ ਬਾਈ। ਹਾਂ, ਠੀਕ ਹੈ, ਆ ਲਓ ਤੁਸੀਂ ਦੇਖ ਲਓ ਬਾਈ। ਬਾਕੀ ਬਾਈ ਹੋਰ ਗੁਡੀਅਰ ਦੇ ਟਾਇਰ ਆ ਮਗਰਲੇ ਰੀਜਨਲ, ਤੇ ਮੂਰਲੇ JK ਦੇ ਆ, ਮੂਰਲੇ JK ਦੇ ਆ, ਹੈ ਨਾ। ਲਓ ਵੀ ਦੋਸਤੋ, ਤੁਸੀਂ ਟਾਇਰ ਚੈੱਕ ਕਰੋ, ਟਰੈਕਟਰ ਚੈੱਕ ਕਰੋ, ਬਹੁਤ ਘੈਂਟ ਆ। ਇੱਕ ਬਾਈ ਗਰੰਟੀ ਦਿੰਦਾ ਇੱਕ ਚੀਜ਼ ਹੋਰ, ਕਿ ਜੇ ਤੁਸੀਂ ਵਾਗੇ ਦੇਖਣਾ ਹੋਵੇ, ਹੈ ਨਾ ਬਾਈ, ਕਿਤੇ ਵਾਗੇ ਚੈੱਕ ਕਰਕੇ ਬੰਦਾ ਫੇਰ ਲੈ ਕੇ ਜਾਵੇ, ਹਾਂ, ਤਸੱਲੀ ਕਰਕੇ ਲੈ ਕੇ ਜਾਵੇ, ਤਸੱਲੀ ਕਰਕੇ ਲੈ ਕੇ ਜਾਵੇ, ਇਹ ਨਾ ਹੋਵੇ ਕਿ ਬਾਈ ਅਸੀਂ ਦਿਖਾਤੇ ਤੇ ਤੁਸੀਂ ਮਲਾਗਲਾ ਕਹਿੰਦੇ ਵੇਚਣ ਦੇ ਬਾਰੇ, ਨਾ, ਤਸੱਲੀ ਕਰੋ। ਕਾਗਜ਼ ਪੱਤਰਾਂ ਪੱਖੋਂ ਆਪਾਂ ਸਹੀ ਟਰੈਕਟਰ ਲੈਨੇ ਆ, ਮਾੜਾ ਟਰੈਕਟਰ ਨਹੀਂ ਲੈਂਦੇ ਕਾਗਜ਼ ਪੱਤਰ। ਠੀਕ ਆ ਬਾਈ, ਲੈ ਵੀ ਦੋਸਤੋ ਆਹ ਦੇਖੋ ਟਰੈਕਟਰ, ਤੁਸੀਂ ਬਹੁਤ ਸਫਾਈ ਦੇ ਵਿੱਚ ਪਿਆ, ਹੈ ਨਾ ਬਾਈ, ਸਾਰਾ ਕੁਝ ਓਕੇ ਹੈ, ਤੇ ਇੰਜਨ ਗੇਅਰ ਦਾ ਓਕੇ ਬਾਈ? ਜਮਾ ਇੰਜਨ ਦਾ ਗੇਅਰ ਦਾ, ਠੀਕ ਹੈ, ਹਿੱਸੇ ਦੀ ਆਵਾਜ਼ ਦੀ ਬਹੁਤ ਹੁੰਦੀ ਹੈ, ਪਰ ਇਹਨਾਂ ਟਰੈਕਟਰਾਂ ਦੀ ਆਵਾਜ਼ ਹੈ ਹੀ ਨਹੀਂ ਹਿੱਸੇ ਦੀ, ਹਿੱਸੇ ਦੀ ਗੇਅਰ ਦੀ, ਇੰਜਨ ਪੱਖੋਂ ਪੂਰੇ ਸਹੀ ਟਰੈਕਟਰ ਨੇ। ਡਿਮਾਂਡ ਕੀ ਹੈ ਬਾਈ ਇਸ ਦੀ? ਡਿਮਾਂਡ ਤਾਂ ਇਹਦਾ ਲੈਣ ਦੇਣੀ ਆ 4,50,000 ਰੁਪਈਆ, 4,50,000 ਰੁਪਈਆ ਲੈਣ ਦੇਣ, ਲੈਣ ਦੇਣ ਊ 80 ਹੈ, ਆਪਾਂ 4,50,000 ਦਾ ਦੇਣਾ ਟਰੈਕਟਰ। ਮਾਡਲ ਕਿੰਨਾ? ਮਾਡਲ ਹੈ 11 ਮਾਡਲ, ਹਾਂ, ਲੈ ਵੀ ਦੋਸਤੋ ਇਹ ਪਲੱਸ ਆ ਗਿਆ, 3 ਸਪੀਡ ਆ ਗਿਆ, ਹਾਂ, 3 ਸਪੀਡ ਪਲੱਸ ਦੇ ਵਿੱਚ 11 ਮਾਡਲ, 4.5, ਹਾਂ, 4.5 ਦਾ, 4.5 ਦਾ ਬਾਈ ਕੀਤਾ ਕਹਿੰਦਾ ਵੀ ਦੇਣਾ, ਠੀਕ ਹੈ ਟਰੈਕਟਰ ਇਹ ਬਾਈ। ਹੁਣ ਆ ਗਏ ਬਾਈ ਆਪਾਂ 2 ਨੰਬਰ ਤੇ, ਹੈ ਨਾ, ਕਿੰਨੇ ਮਾਡਲ ਆ ਬਾਈ ਇਹ? 2013 ਮਾਡਲ ਆ, ਠੀਕ ਹੈ ਬਾਈ, ਟਾਇਰ ਟੂਰ ਇਹਦੀ ਵੀ ਨਵੀਂ ਆ, MRF, ਹਾਂ, ਟਾਇਰ ਇਹਦੇ ਵੀ ਬਹੁਤ ਵਧੀਆ, ਇਹ ਵੀ 3 ਸਪੀਡ ਆ, ਇਹ ਵੀ 3 ਸਪੀਡ ਹੈ, ਹਾਂ, 3 ਸਪੀਡ ਨਾ, ਉਹ ਦਿਖਾ ਦਿਆ ਕਰ, ਤਾਂ ਸਟicker ਲੱਗਿਆ ਹੁੰਦਾ ਨਾ, 3 ਸਪੀਡ ਵਾਲਾ, ਆਹ ਦੇਖੋ, ਇਹ 2 ਸਪੀਡ ਹੁੰਦੇ ਆ, ਠੀਕ ਹੈ ਬਾਈ, ਹਾਂ, ਸਮਾਨ ਸਿਸਟਮ ਸਾਰਾ ਲੱਗਿਆ ਮਗਰ, ਹੈ ਨਾ, ਸਾਊਂਡ ਆਹ ਦੇਖੋ, ਇੱਥੋਂ ਚੈੱਕ ਕਰੋ ਬਾਈ ਤੁਸੀਂ, ਬਹੁਤ ਘੈਂਟ ਆ ਇਹ ਵੀ, ਤੇ ਇਹਦੀ ਬਾਈ ਇੰਜਨ ਗੇਅਰ ਦੀ ਪੂਰੀ ਫੁੱਲ ਵਾਰੰਟੀ ਆ, ਇਹਦਾ ਹੀ ਮੰਨ ਕੇ ਚੱਲਿਆ ਹਿੱਸੇ ਚੋਂ ਗੇਅਰ ਚੋਂ ਪੂਰਾ ਆਵਾਜ਼ ਨਹੀਂ ਟਰੈਕਟਰ ਦੀ। ਠੀਕ ਆ, ਲਓ ਵੀ ਦੋਸਤੋ ਤੁਸੀਂ ਚੈੱਕ ਕਰੋ ਗੇਅਰ, ਹੈ ਨਾ, ਤੁਹਾਨੂੰ ਮੈਂ ਦਿਖਾਉਣਾ ਪੂਰਾ ਘੈਂਟ ਬਾਈ, ਓਕੇ ਪਿਆ ਸਾਰਾ ਕੁਝ, ਹੈ ਨਾ। ਤੇ ਗੀਤੇ 13 ਮਾਡਲ ਆ, ਹੈ ਨਾ, ਇਹ ਕੀ ਡਿਮਾਂਡ ਆ ਫਿਰ ਇਹਦੀ? ਇਹਦੀ ਡਿਮਾਂਡ 4,30,000 ਦਾ ਟਰੈਕਟਰ ਦੇ ਦਾਂਗੇ, 4,30,000 ਦਾ, ਹਾਂ, ਮਾਨਤਾਨ ਵੀ ਕਰ ਦੋਗੇ ਫਿਰ? ਮਾਨਤਾਨ ਤੇ ਵੀਡੀਓ ਦੇਖ ਕਿਹੜਾ ਆਊਗਾ, ਹਾਂ, ਕਰ ਦਾਂਗੇ। ਲੈ ਵੀ ਵੀਡੀਓ ਤੇ ਬਾਈ ਤੁਹਾਨੂੰ ਆਪਾਂ ਕਹਿਣੇ, ਜਿਹੜਾ ਬੰਦਾ ਵੀਡੀਓ ਦੇਖ ਕੇ ਬਾਈ ਨੂੰ ਟਰੈਕਟਰ ਖਰੀਦੂਗਾ ਉਹਦਾ ਚੰਗਾ ਮਾਨਤਾਨ ਕੀਤਾ ਜਾਊਗਾ, ਹੈ ਨਾ। 3 ਨੰਬਰ ਤੇ ਆ ਗਏ ਬਾਈ ਆਪਾਂ, ਹਾਂ, ਕੀ ਡਿਟੇਲ ਆ ਬਾਈ ਇਹਦੀ? ਇਹ ਵੀ 2013 ਮਾਡਲ ਆ, ਠੀਕ ਹੈ, ਇਹਦੇ ਵੀ ਟਾਇਰ 80 ਪੈਸੇ ਆ, 80 ਪੈਸੇ ਟਾਇਰ ਪਏ, ਇਹ ਵੀ 13 ਮਾਡਲ ਆ ਬਾਈ, ਹਾਂ, ਇਹ ਵੀ 13 ਮਾਡਲ ਆ, 3 ਸਪੀਡ ਆ ਇਹ ਵੀ, ਇਹ ਵੀ 3 ਸਪੀਡ ਆ, ਇਹ ਵੀ ਤੁਹਾਨੂੰ ਦਿਖਾ ਦਿੰਦੇ, ਹੈ ਨਾ ਆਪਾਂ, ਆ ਦੇਖੋ ਦੋਸਤੋ, ਇਹ ਵੀ 3 ਸਪੀਡ ਹੈਗਾ, ਹੈ ਨਾ, ਵੀ ਪੂਰਾ
ਟਾਇਰ ਆ ਜਿਹੜੇ ਇਹਦੇ ਪੂਰੇ ਵਧੀਆ ਪਏ ਆ, 80 ਪੈਸੇ ਟਾਇਰ ਪਏ ਆ, ਹੋਰ ਟਰੈਕਟਰ ਕਿਸੇ ਪਾਸੋਂ ਕੋਈ ਖਰਿਆ ਖੁਰਿਆ ਨਹੀਂ ਗਾ, ਜਮਾਂ ਓਕੇ ਪਿਆ ਗਾ, ਹੈ ਨਾ, ਗੇਅਰ ਇੰਜਨ ਦਾ ਵੀ ਬਹੁਤ ਚੰਗਾ ਟਰੈਕਟਰ, ਠੀਕ ਹੈ। ਅਤੇ ਆਹ ਤੁਸੀਂ ਦੇਖੋ, ਬਾਕੀ ਬਾਈ ਚੈੱਕ ਕਰਕੇ ਤੁਸੀਂ ਹੈ ਨਾ ਤਸੱਲੀ ਕਰਕੇ ਜ਼ਰੂਰ ਇੱਕ ਵਾਰੀ ਦੇਖਿਓ, ਫਿਰ ਆਪਦੀ ਜਿਹੜੀ ਹੈਗੀ ਆ ਖਰੀਦ ਕਰਿਓ ਟਰੈਕਟਰ ਦੀ, ਠੀਕ ਹੈ। ਅਤੇ ਇਹਦੀ ਕੀ ਡਿਮਾਂਡ ਆ ਫਿਰ ਕਿਤੇ? ਇਹ 4,20,000 ਦਾ ਹਾਂ ਨਾ ਦੇਣਾ, ਹਾਂ ਨਾ ਦੇਣਾ, ਠੀਕ ਹੈ। ਬਾਕੀ ਦੋਸਤੋ ਤੁਹਾਨੂੰ ਦਿੱਤਾ ਔਫਰ, ਵੀਡੀਓ ਦੇਖ ਕੇ ਆਓਗੇ ਤੁਹਾਨੂੰ ਡਿਸਕਾਊਂਟ ਕੀਤਾ ਜਾਊਗਾ, ਠੀਕ ਹੈ। 4 ਨੰਬਰ 'ਤੇ ਬਾਈ ਇਹ 2007 ਮਾਡਲ ਆ, ਠੀਕ ਹੈ। ਟਾਇਰ ਇਹਦੇ ਵੀ ਮਾਡਲ ਜਮਾਂ ਨਵੇਂ ਆ, ਟਰੈਕਟਰ ਜਮਾਂ ਨਵੇਂ ਪਏ, ਹੈ ਨਾ ਸਰ, ਓਰੀਜਨਲ ਟਰੈਕਟਰ ਆ, ਠੀਕ ਹੈ। ਕਿੰਨੇ ਮਾਡਲ ਦੱਸਿਆ ਕਿਤੇ? ਇਹ 2007 ਮਾਡਲ ਆ, 2007 ਇਹ ਛਤਰੀ ਛੁਤਰੀ ਵੀ ਲੱਗੀ, ਹੈ ਨਾ, ਠੀਕ ਹੈ। ਆਹ ਦੇਖੋ ਦੋਸਤੋ, ਅਤੇ ਇਹ ਸਪੀਡ ਦਾ ਕੀ ਸਿਸਟਮ ਆ ਬਾਈ ਇਹਦਾ? ਇਹ 2 ਇਹ ਹਾਈ ਲੋ ਆ, ਹਾਈ ਲੋ ਆ, ਹਾਈ ਲੋ, ਠੀਕ ਹੈ। ਅਤੇ ਇਹ ਵੀ ਹਰਿਆਣਾ ਨੰਬਰ, ਹਰਿਆਣਾ ਨੰਬਰ, ਹਾਂ। ਕਾਪੀ ਕੂਪੀ ਸਾਰਾ ਕੁਛ ਓਕੇ ਮਿਲੂ? ਸਾਰਾ ਓਕੇ ਮਿਲੂ ਯਾਰ, ਠੀਕ ਹੈ। ਕਾਗਜ਼ ਪੱਤਰ ਕਿੰਨੇ? ਕਾਗਜ਼ ਪੱਤਰ ਪੱਖੋਂ ਮੰਨ ਕੇ ਚੱਲ ਵੀ ਗਲਤ ਨਹੀਂ ਹੋਊ ਟਰੈਕਟਰ, ਠੀਕ ਹੈ ਬਾਈ। ਅਤੇ ਕੀ ਡਿਮਾਂਡ ਆ ਬਾਈ ਇਹਦੀ? ਇਹਦਾ 3,30,000 ਰੁਪਇਆ ਹੈਗਾ, 3,10,000 ਦਾ ਟਰੈਕਟਰ ਦੇ ਦਾਂ, 3,10,000 ਦਾ ਦੇ ਦਾਂਗੇ, ਠੀਕ ਆ। ਅਤੇ ਕਿੰਨੇ ਮਾਡਲ ਦੱਸਿਆ ਬਾਈ ਇਹ? ਇਹ 2007 ਮਾਡਲ, 2007 ਮਾਡਲ, ਹਾਂ। ਦੋਸਤੋ ਗੀਤਾ ਬਾਈ ਬਹੁਤ ਟਾਈਮ ਤੋਂ ਕੰਮ ਕਰਦਾ, ਪਿਛਲੇ ਵਾਰੇ ਦਿਖਾ ਦੇ ਤੁਹਾਨੂੰ, ਮੈਂ ਸਾਰੇ ਟਰੈਕਟਰ ਇੱਕ ਵਾਰੀ ਦੁਬਾਰਾ ਦਿਖਾ ਦਾਂਗਾ। ਬਹੁਤ ਟਾਈਮ ਦਾ ਕੰਮ ਕਰਦਾ ਬਾਈ, ਠੀਕ ਹੈ। ਅਤੇ ਤਸੱਲੀ ਵਾਲੀ ਚੀਜ਼ ਤੁਹਾਨੂੰ ਦੇਊਗਾ ਇੱਕ ਵਾਰੀ, ਆਪਣੇ ਪਿੰਡੋਂ ਆ, ਰਾਮਨਗਰ ਤੋਂ, ਜ਼ਿਲ੍ਹਾ ਬਠਿੰਡਾ ਪੈ ਜਾਂਦਾ ਗਾ, ਮੌੜ ਮੰਡੀ ਦੇ ਆਪਣੇ ਕੋਲੇ ਆ ਬਿਲਕੁਲ ਪਿੰਡ। ਅਤੇ ਬਾਈ ਨੇ ਉਦਾਂ ਤਾਂ ਲੈ ਕੇ ਜਾਣਾ ਕੱਲ੍ਹ ਨੂੰ ਮੰਡੀ 'ਤੇ, ਜੇ ਤੁਸੀਂ ਉੱਥੇ ਦੇਖਣਾ ਹੋਇਆ ਤਾਂ ਉੱਥੇ ਦੇਖ ਲਿਓ, ਨੰਬਰ ਦੇ ਰਿਹਾ ਬਾਈ ਨਾਲ, ਗੱਲ ਕਰ ਲਿਓ, ਤੁਸੀਂ ਫੋਨ ਕਰ ਲਿਓ, ਸਾਰੀ ਡਿਟੇਲ ਲੈ ਲਿਓ, ਚੈੱਕ ਕਰ ਲਿਓ ਟਰੈਕਟਰ, ਠੀਕ ਹੈ। ਅਤੇ ਆਹ ਦੇਖੋ, 4 ਟਰੈਕਟਰ ਬਾਈ ਇਹ ਸੇਲ ਵਾਸਤੇ ਨੇ। ਕਈ ਵੀਰ ਭਰਾ ਪੁੱਛਦੇ ਰਹਿੰਦੇ ਆ ਬਾਈ ਟਰੈਕਟਰ ਸਾਨੂੰ ਦਵਾ ਦਿਓ, ਹੈ ਨਾ, ਵੀ ਇੱਦਾਂ ਦਾ ਕਿੰਨੇ ਦਾ ਮਿਲੂਗਾ। ਤੁਹਾਨੂੰ ਆਪਾਂ ਬੰਦੇ ਦੇ 'ਤੇ ਬਾਈ ਭਾਲ ਕੇ, ਕੋਈ ਹੋਰ ਵੀ ਟਰੈਕਟਰ ਲੈਣਾ ਹੋਇਆ ਤੁਸੀਂ, ਕਿਸੇ ਵੀ ਤਰੀਕੇ ਦਾ ਟਰੈਕਟਰ ਲੈਣਾ ਹੋਇਆ ਤਾਂ ਬਾਈ ਹੋਰਾਂ ਨਾਲ ਤੁਸੀਂ ਕਾਲ ਕਰ ਲਿਓ, ਡਿਸਕਸ ਕਰ ਲਿਓ, ਠੀਕ ਹੈ। ਜਿਹੜਾ ਵੀ ਲੈਣਾ ਹੋਇਆ ਆਹ ਤੁਹਾਨੂੰ ਆਪਾਂ ਮਗਰੋਂ ਦਿਖਾ ਦਿੰਦੇ ਹਾਂ, ਠੀਕ ਹੈ ਜੀ। ਆਹ ਟਰੈਕਟਰਾਂ ਦੀ ਕੰਡੀਸ਼ਨ ਹੈਗੀ ਆ ਬਾਈ ਬੈਕ ਸਾਈਡ ਤੋਂ, ਅਤੇ ਲਓ ਜੀ ਆਹ ਜਿਹੜੇ 3 ਟਰੈਕਟਰ ਹੈ ਬਾਈ ਬਿਨਾਂ ਛਤਰੀ ਤੋਂ, ਇੱਕ ਛਤਰੀ ਵਾਲਾ ਹੈਗਾ ਗਾ, ਅਤੇ ਇਹਦੇ ਸਾਊਂਡ ਲੱਗਿਆ ਹੋਇਆ, ਇਹਨਾਂ ਦੇ ਬਾਕੀਆਂ ਦੇ ਨਹੀਂ ਲੱਗਿਆ, ਠੀਕ ਹੈ। ਬਾਕੀ ਰੇਟ ਆ ਬਾਈ ਤੁਸੀਂ ਬਣਾ ਲਿਓ, ਹੈ ਨਾ, ਜਦੋਂ ਤੁਸੀਂ ਬਾਈ ਨੂੰ ਕਾਲ ਕਰੋਗੇ, ਗੱਲਬਾਤ ਕਰੋਗੇ, ਤੁਸੀਂ ਰੇਟ ਆਪਦਾ ਬਣਾ ਲਿਓ, ਚੈੱਕ ਕਰਕੇ ਲਿਓ ਚੀਜ਼ ਬਾਈ। ਸਭ ਤੋਂ ਵੱਡੀ ਗੱਲ ਇਹ ਹੈ, ਕਿਉਂਕਿ ਤੁਸੀਂ ਪੈਸੇ ਲਾਉਣੇ ਆ, ਖਰਚਣੇ ਆ, ਠੀਕ ਹੈ। ਅਤੇ ਬਾਕੀ ਕੱਲ੍ਹ ਨੂੰ ਬਾਈ ਤਲਵੰਡੀ ਸਾਬੋ 'ਤੇ ਵੀ ਆਉਣਗੇ, ਉੱਥੇ ਦੇਖਣੇ ਹੋਏ ਤੁਸੀਂ ਉੱਥੇ ਚੈੱਕ ਕਰ ਲਿਓ, ਠੀਕ ਹੈ ਬਾਈ। ਸੋ ਬਾਈ ਸਾਰਿਆਂ ਦਾ ਧੰਨਵਾਦ, ਥੈਂਕ ਯੂ, ਸ਼ੁਕਰੀਆ। ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ, ਕਿਉਂਕਿ ਜਿਹੜੇ ਮਿੱਤਰ ਪਿਆਰੇ ਨੂੰ ਆਪਣੇ ਚਾਹੀਦੇ ਹੋਏ ਟਰੈਕਟਰ, ਉਹਨਾਂ ਤੱਕ ਆਪਣੀ ਜਿਹੜੀ ਵੀਡੀਓ ਉਹ ਜ਼ਰੂਰ ਪਹੁੰਚ ਜਾਵੇ ਬਾਈ। ਥੈਂਕ ਯੂ, ਸ਼ੁਕਰੀਆ ਬਾਈ, ਥੈਂਕ ਯੂ ਬਾਈ ਕਿਤੇ, ਧੰਨਵਾਦ।